तुहाडा वोट तुहाडी ताकत, वोट जरूर करो। चोणां नाल जुड़ी हर खबर डाउनलोड करो तक ऐप। अलफला चंबे दी बूटी हो मेरे मुर्शद मन विच लाई हूँ, ओ जुग जुग जीवे मेरा मुर्शद सोना, होत जिसे बूटी लाई हूँ पीर मेरे आ जुगनी जी, ए जी मौला अली वाली जुगनी जी, ए जी मेरे पीर दी जुगनी जी, ए जी मौला अली वाली जुगनी जी, ए जी सारे सब जी जुगनी जी, ओ जुगनी डिग पई विच रोई ओथे रो रो कमली होई, ओ दी बात नी लेंदा कोई ते कलमे बिना न मिलदी टोई, ओ पीर मेरे आ जुगनी जी, ए जी मौला अली बाली जुगनी जी, ए जी सारे सब जी जुगनी जी, ओ इनी सुरीली शुरुआत हुई है इस इंटरव्यू दी। बहुत बहुत स्वागत अफसाना खान जी। थैंक यू सो मच, थैंक यू। ਤੁਹਾਨੂੰ ਦੱਸ ਦਈਏ 4 ਦਿਨ ਬਾਅਦ ਇਹਨਾਂ ਦਾ ਵਿਆਹ ਹੈ ਤੇ 4 ਦਿਨ ਬਾਅਦ ਹੀ ਇਲੈਕਸ਼ਨ ਹੈ, ਸੋ ਆਪਾਂ ਵਿਆਹ ਦੀ ਗੱਲ ਵੀ ਕਰਦੇ, ਇਲੈਕਸ਼ਨਸ ਦੀ ਗੱਲ ਵੀ ਕਰਦੇ। ਯੂਥ ਨੇ ਇਹ ਕੀ ਸੋਚਦੇ ਨੇ ਪੰਜਾਬ ਬਾਰੇ, ਇਹਨਾਂ ਨੂੰ ਕੀ ਲੱਗਦਾ ਹੈ ਕਿਹਦਾ ਪੰਜਾਬ ਤੇ ਕੀ ਲੱਗ ਰਿਹਾ ਇਸ ਵਾਰ ਪੰਜਾਬ 'ਚ ਮਾਹੌਲ? ਪੰਜਾਬ ਦੇ ਵਿੱਚ ਇੰਨੀਆਂ ਪਾਰਟੀਜ਼ ਹੋ ਚੁੱਕੀਆਂ ਤੇ ਕਲਾਕਾਰ ਸਭ ਤੋਂ ਪਹਿਲਾਂ ਦਾਦਾ ਸਾਂਝਾ ਹੁੰਦਾ, ਠੀਕ ਹੈ, ਤੇ ਕਲਾਕਾਰ ਦੀ ਕੋਈ ਵੀ ਪਾਰਟੀ ਨਹੀਂ ਹੁੰਦੀ। ਤੇ ਬਾਕੀ ਰਹੀ ਗੱਲ ਇੰਨੇ ਸਾਰੇ ਜਿੱਤ ਦੀ, ਸੋ ਕੋਈ ਵੀ ਜਿੱਤੇ ਮਿਹਨਤ ਕਰਨੀ ਸਭ ਨੂੰ ਆਪਣੀ ਆਪਣੀ ਪੈਣੀ ਹੈ, ਮੈਂ ਇੱਕੋ ਗੱਲ ਹਮੇਸ਼ਾ ਕਹਿੰਦੀ ਹਾਂ। ਤੇ ਕੋਈ ਵੀ ਜਿੱਤੇ ਬੜਾ ਸੂਝਵਾਨ ਜੋ ਹੁੰਦਾ, ਜੋ ਪੰਜਾਬ ਦਾ ਵਿਕਾਸ ਕਰੇ, ਜੋ ਸਾਡੇ ਯੰਗ ਲੜਕਿਆਂ ਨੂੰ ਲੜਕੀਆਂ ਨੂੰ ਸਭ ਨੂੰ ਸਮਝੇ, ਉਹਨਾਂ ਦੇ ਕੰਮ ਕਰੇ, ਸੋ ਮੈਂ ਉਸ ਨੇਤਾ ਨੂੰ ਉਮੀਦ ਕਰਦੀ ਹਾਂ ਕਿ ਏਦਾਂ ਦਾ ਨੇਤਾ ਸਾਡਾ ਬਣੇ। ਸਿੱਧੂ ਮੂਸੇਵਾਲਾ ਚ ਕਿਵੇਂ ਦੇ ਲੀਡਰ ਨੇ? ਤੁਸੀਂ ਉਹਨਾਂ ਨੂੰ ਭਰਾ ਵੀ ਮੰਨਦੇ ਹੋ, ਤੁਸੀਂ ਉਹਨਾਂ ਲਈ ਕੈਂਪੇਨ ਵੀ ਕਰਦੇ ਹੋ, ਸੋ ਚੰਗੇ ਲੀਡਰ ਬਣਨਗੇ ਉਹ? Yes, ਮੈਂ ਸਿੱਧੂ ਮੂਸੇਵਾਲੇ ਵੀਰੇ ਦੀ 200% ਗਰੰਟੀ ਤੁਹਾਡੇ ਨਾਲ ਲਾਈਵ ਚੈਨਲ ਤੇ ਲੈ ਰਹੀ ਹਾਂ, ਕਿਉਂਕਿ ਮੈਨੂੰ ਪਤਾ ਕਿ ਉਹ ਇਨਸਾਨ ਇਸ ਯੰਗ ਨੂੰ ਕਿੰਨਾ ਸਮਝਦੇ ਨੇ, ਯੂਥ ਨੂੰ ਕਿੰਨਾ ਸਮਝਦੇ ਨੇ, ਔਰ ਉਹ ਇੱਕ ਜੋ ਜਿਹੜੇ ਬੰਦੇ ਨੂੰ ਇੱਕ ਬਣਿਆ ਬਣਾਇਆ ਮਿਲ ਜਾਂਦਾ ਉਹ ਲੋਕ ਨਹੀਂ ਸਮਝਦੇ। ਜਿਹੜੇ ਬੰਦੇ ਧਰਤੀ ਤੋਂ ਉੱਠ ਕੇ, ਜਿਹੜੇ ਆਪਣੇ ਗਰੀਬ ਪਰਿਵਾਰਾਂ ਤੋਂ ਉੱਠ ਕੇ ਬਣਦੇ ਨਾ, ਉਸ ਬੰਦੇ ਨੂੰ ਪਤਾ ਹੁੰਦਾ ਕਿ ਕਿੱਦਾਂ ਕੀ ਕਰਨਾ, ਹਨਾ। ਸੋ ਮੈਂ ਗਰੰਟੀ ਲੈਂਦੀ ਹਾਂ ਉਹਨਾਂ ਦੀ ਕਿ ਉਹ ਉਹਨਾਂ ਨੂੰ ਜਿਤਾਓ, ਵੋਟ ਪਾਓ, ਜਿੱਤ ਪੱਕੀ ਹੈ ਸਾਡੀ। ਵੈਸੇ ਇਹ ਸਾਡੀਆਂ ਦੁਆਵਾਂ ਵੀਰੇ ਨਾਲ ਬਹੁਤ ਨੇ, ਔਰ ਬਾਕੀ ਉਹਨਾਂ ਨੂੰ ਬਣਾਓਗੇ ਤਾਂ ਤੁਹਾਨੂੰ ਬਹੁਤ ਜ਼ਿਆਦਾ ਮਜ਼ਾ ਆਏਗਾ ਔਰ ਫਾਇਦਾ ਹੋਏਗਾ, ਵਿਕਾਸ ਹੋਏਗਾ ਮਾਨਸਾ ਏਰੀਏ ਦਾ ਜਿੱਥੋਂ ਦੇ ਉਹ ਬਣਦੇ ਪਏ ਨੇ, ਔਰ ਬਹੁਤ ਸੂਝਵਾਨ ਜੋ ਹੈਗਾ ਬੰਦਾ ਤੋਂ ਮੇਰਾ ਭਰਾ ਸਿੱਧੂ ਮੂਸੇਵਾਲਾ। ਧੱਕਾ ਕਰਦੇ ਨੇ ਉਹ? ਧੱਕਾ ਆਰਟਿਸਟ ਜਦੋਂ ਵੀ ਆਉਂਦਾ ਤਾਂ ਸਕਸੈਸ ਹੋਣ ਲਈ ਜਿੱਦਾਂ ਦਾ ਮਾਹੌਲ ਚੱਲਦਾ ਪਿਆ, ਗਾਣੇ ਉਦਾਂ ਦੇ ਗਾਉਣੇ ਪੈਂਦੇ ਆ। ਤੋ ਜੋ ਗਾਣਾ ਸੁਣਾ ਦੋ, ਕਿਉਂਕਿ ਇੰਨਾ ਪਾਪੂਲਰ ਗਾਣਾ, ਇੰਨੀ ਤੁਹਾਡੀ ਜੋ ਦੋਨਾਂ ਨੇ ਓ ਜੰਗਲਾਂ ਚ ਪੈਂਦੀਆਂ ਨੀ ਵੋਟਾਂ ਮਿੱਠੀਏ, ਤੇ ਹੈ ਬਟਾਣਾ ਸ਼ੇਰ ਕਰੇ ਚੇਂਜ ਬਲੀਏ, ਡਿਵਾਈਡਰ ਤੂੰ ਛੱਡ ਆਈ ਅੜੀ ਉੱਤੇ ਨਹੀਂ, ਹਿੱਕਾਂ ਉੱਤੇ ਚੜਦੀ ਏ ਰੇਂਜ ਬਲੀਏ, ਓ ਸਭ ਦੇਸ ਤੇ ਕਲੇਸ਼ ਤੇ ਨੀ ਜਦੋਂ ਮਰਜੀ ਭੱਜ ਭੱਜ ਪੈਂਦੇ ਨਹੀਂ ਓ ਰਾਹ ਛੱਡ ਦੇ, ਚੱਲਦਾ ਏ ਧੱਕਾ ਸਿੱਧਾ ਕਰ ਦੇ, ਚੱਲਦਾ ਏ ਧੱਕਾ ਸਿੱਧਾ ਕਰ ਦੇ, ਚੱਲਦਾ ਏ ਧੱਕਾ ਸਿੱਧਾ ਕਰ, ਓ ਜੱਟਾ ਸ਼ਰੇ ਅੰਬੇ ਤੂੰ ਧੱਕਾ ਕਰ ਦੇ, ਜੱਟਾ ਸ਼ਰੇ ਅੰਬੇ ਤੂੰ ਧੱਕਾ ਕਰ ਦੇ, ਜੱਟਾ ਸ਼ਰੇ ਅੰਬੇ ਤੂੰ ਧੱਕਾ ਕਰ ਦੇ ਵੇ। ਆਪਾਂ ਇਲੈਕਸ਼ਨ ਇੱਕ ਪਾਸੇ ਰੱਖਦੇ ਨੇ, ਮੈਨੂੰ ਇਹ ਦੱਸੋ ਵਿਆਹ ਦੀਆਂ ਤਿਆਰੀਆਂ ਕਿਵੇਂ ਚੱਲ ਰਹੀਆਂ? ਵਿਆਹ ਦੀਆਂ ਤਿਆਰੀਆਂ, ਹੁਣ ਤੁਸੀਂ ਮੈਨੂੰ ਛੱਡੋਗੇ ਤਾਂ ਮੇਰੇ ਗਾਣਾ ਬਣਨਾ ਜਲਦੀ ਬੰਦੇ ਹੋਏ। ਹਾਂ, ਸੋ ਮੈਂ ਬਹੁਤ ਬਿਜ਼ੀ ਚੱਲ ਰਹੀ ਹਾਂ, ਕਿਉਂਕਿ ਮੇਰੇ ਕੋਲ ਇਹ 5-7 ਦਿਨ ਦੀ ਰੀਤ ਰਿਵਾਜ਼ ਹੁੰਦਾ ਕਿ ਬੰਨਿਆ ਜਾਂਦਾ, ਬਟ ਮੇਰੇ ਤਾਂ 4 ਦਿਨ ਹੀ ਬਾਕੀ ਬਚੇ ਨੇ, ਤੇ ਆਈ ਐਮ ਸੁਪਰ ਐਕਸਾਈਟਡ। ਤੇ ਵਿਆਹ ਕਰਵਾਉਣਾ ਚਾਹੀਦਾ, ਵਿਆਹ ਇੱਕ ਲਾਈਫ ਪਾਰਟਨਰ ਹੋਣਾ ਤੁਹਾਡਾ ਚੰਗਾ ਸੋਹਣਾ ਫੇਸ ਚੱਲਦਾ ਹੋਏਗਾ ਤੁਹਾਡਾ, ਤਿਆਰੀਆਂ ਸਭ ਕੁਛ, ਘਰ ਮਹਿਮਾਨ ਆਉਣੇ ਸ਼ੁਰੂ ਹੋ ਗਏ? ਸਭ ਕੇ ਸਭ ਸ਼ੁਰੂ ਹੋ ਗਏ ਹੈ, ਤੇ ਬਾਕੀ ਬਹੁਤ ਸਾਰੀ ਸੈਲੀਬ੍ਰਿਟੀਜ਼ ਬੰਬੇ ਤੋਂ, ਬਹੁਤ ਸਾਰੇ ਪੰਜਾਬ ਦੇ ਆਰਟਿਸਟ ਸਭ ਪਹੁੰਚ ਰਹੇ ਨੇ, ਤੁਹਾਨੂੰ ਸਭ ਨੂੰ ਮਜ਼ਾ ਆਏਗਾ ਸ਼ਾਦੀ ਦੇਖ ਕੇ ਨਿਊਜ਼ ਦੇ ਵਿੱਚ ਜਾਂ ਕਿਤੇ ਵੀ, ਸੋ ਜੋ ਜੋ ਪਹੁੰਚ ਰਹੇ ਨੇ ਤੇ ਥੈਂਕ ਯੂ ਸੋ ਮਚ। ਆਪਣੇ ਪਿਆਰ ਨੂੰ ਕਿਹੜਾ ਗਾਣਾ ਡੈਡੀਕੇਟ ਕਰੋਗੇ ਤੁਸੀਂ? ਮੇਰੇ ਪਿਆਰ ਨੂੰ अच्छा, तारे उसके हाथ में होने ही चाहिए, जुगनू उसके साथ में सोने ही चाहिए, मोहब्बत जानी की पूरी ख्वाहिश की जाए, ऐ
खुदा तुम बोल दे तेरे बादलों को, मेरा यार हंस रहा है बारिश की जाए, यार हंस रहा है बारिश की जाए। थैंक यू सो मच। सो अफसाना खान जी बहुत सुरीली आवाज दे विच अपने प्यार ते इलेक्शन से लेके भी गलबात करके गए ने। बाकी इलेक्शन का दौर है, 20 फरवरी नु वोट जरूर पाना, थोड़ी चॉइस है। सरकार जेदी बने पंजाब का विकास होना चाहिए। कैमरा परसन गौरव के नाल मेयर सुदीप कौर, पंजाब तक चंडीगढ़।